ਤੇ ਉਧਰ ਯੂਕੇ ਦੇ ਵਿਦੇਸ਼ ਸਕੱਤਰ ਨੇ ਕਿਹਾ ਕਿ ਬ੍ਰੈਗਜ਼ਿਟ ਸੌਦਾ ਸੰਭਵ ਹੈ ਪਰ ਇਸ ਦੇ ਨਾਲ ਕਈ ਮੁੱਦੇ ਰਹਿ ਸਕਦੇ ਨੇ। ਟੈਰਸਾ ਮੇ ਸਮਝੌਤਾ ਕਰਨ ਲਈ ਤਿਆਰ ਹੈ ਪਰ ਉਹ ਅਜਿਹਾ ਸੌਦਾ ਨਹੀਂ ਚਾਹੁੰਦੇ ਜੋ ਪ੍ਰੋਡਕਟਿਵ ਨਾ ਹੋਵੇ। ਬ੍ਰਿਟੇਨ ਦੀਆਂ ਸੰਭਾਵਨਾਵਾਂ ਅਜੇ ਵੀ ਜ਼ੀਰੋ ਹਨ ਅਤੇ ਬ੍ਰੈਗਜ਼ਿਟ ਲਈ ਹੁਣ ਸਥਿਤੀਆਂ ਮਜ਼ਬੂਤ ਹੋ ਚੁੱਕੀਆਂ ਹਨ।